ਪੰਜਾਬ ਦੇ ਵਿੱਚ ਕੁਝ ਅਫਸਰਾਂ ਦੇ ਤਬਾਦਲੇ ਮੁੜ ਕੀਤੇ ਗਏ ਨੇ। ਉਹਨਾਂ ਦੇ ਵਿੱਚੋਂ ਇੱਕ ਨਾਮ ਚਰਚਾ ਦਾ ਵਿਸ਼ਾ ਇਸ ਕਰਕੇ ਬਣ ਗਿਆ ਕਿਉਂਕਿ ਮਸਲਾ ਮੋਰਚੇ ਦਾ ਹੈ। ਜੀਰਾ ਸ਼ਰਾਬ ਮੋਰਚਾ ਜਿਹੜਾ ਲੱਗਿਆ ਹੋਇਆ ਫੈਕਟਰੀ ਦੇ ਬਾਹਰ, ਉਸ ਬਾਰੇ ਤੁਸੀਂ ਸਭ ਜਾਣਦੇ ਹੋ ਕਿ ਜੀਰਾ ਫੈਕਟਰੀ ਨੂੰ ਹੁਣ ਬੰਦ ਕਰਵਾਉਣ ਦੀ ਮੰਗ ਤਾਂ ਉੱਠੀ ਹੈ ਕਿਉਂਕਿ ਲਗਾਤਾਰ ਉੱਥੇ ਰੋਸ ਵੱਧਦਾ ਜਾ ਰਿਹਾ। ਇਸ ਸਾਰੇ ਮਸਲੇ ਦੇ ਉੱਤੇ ਇੱਕ ਜਿਹੜੇ ਡੀਸੀ ਸੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉਹ ਧਰਨਾ ਮੁਜ਼ਾਹਰਾ ਪੈਂਦਾ। ਅਮ੍ਰਿਤਾ ਸਿੰਘ ਡੀਸੀ ਸਨ ਉੱਥੇ 2014 ਬੈਚ ਦੇ, ਅਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਰਜੇਸ਼ ਧਮਾਣ ਦੀ ਡਿਊਟੀ ਲਗਾਈ ਗਈ ਹੈ ਤਬਾਦਲਾ ਕਰਕੇ। ਔਰ ਅਮ੍ਰਿਤਾ ਸਿੰਘ ਨੂੰ ਇੱਕ ਹੋਰ ਜ਼ਿਲ੍ਹਾ ਨਹੀਂ ਦਿੱਤਾ ਗਿਆ ਬਲਕਿ ਇੱਕ ਡਾਇਰੈਕਟਰ ਦੇ ਤੌਰ ਦੇ ਉੱਤੇ ਟੂਰਿਜ਼ਮ ਡਿਪਾਰਟਮੈਂਟ 'ਚ ਭੇਜ ਦਿੱਤਾ ਗਿਆ। ਹੁਣ ਸਵਾਲ ਉੱਠ ਰਹੇ ਨੇ, ਚਰਚਾ ਇਹ ਚੱਲ ਰਹੀ ਹੈ ਕਿ ਅਮ੍ਰਿਤਾ ਸਿੰਘ ਨੂੰ ਕੀ ਇਸ ਕਰਕੇ ਬਦਲਿਆ ਗਿਆ ਕਿ ਜਿਹੜਾ ਮੋਰਚਾ ਚੱਲ ਰਿਹਾ ਸੀ ਸਥਾਨਕ ਪੱਧਰ 'ਤੇ ਲੋਕਾਂ ਨੂੰ ਕਨਵਿੰਸ ਨਹੀਂ ਕਰ ਸਕੇ, ਜਾਂ ਉਸ ਪੂਰੇ ਮੋਰਚੇ ਦੀ ਲੈ ਕੇ ਜਿਹੜੀ ਫੀਡਬੈਕ ਸੀ ਸਰਕਾਰ ਤੱਕ ਨਹੀਂ ਪਹੁੰਚਾ ਸਕੇ, ਕੀ ਉਹ ਫੇਲੀਅਰ ਰਿਹਾ ਉਹਨਾਂ ਦਾ ਇਸ ਕਰਕੇ ਬਦਲਿਆ ਗਿਆ? ਕਿਉਂਕਿ ਚਰਚਾ ਇਹ ਹੈ, ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ। ਤਾਂ ਜੀਰਾ ਮੋਰਚੇ ਤੋਂ ਮੇਰੇ ਨਾਲ ਉਹ ਨੌਜਵਾਨ ਜੁੜ ਚੁੱਕੇ ਨੇ ਫਤਿਹ ਸਿੰਘ, ਜਿਹੜੇ ਇਸ ਮੋਰਚੇ ਨੂੰ ਲੀਡ ਵੀ ਕਰ ਰਹੇ ਨੇ ਔਰ ਆਪਣੀ ਸਾਰਾ ਕੁਝ ਅੱਖੀ ਵੇਖ ਰਹੇ ਨੇ, ਹੰਡਾ ਰਹੇ ਨੇ ਕਿ ਆਖਿਰਕਾਰ ਉੱਥੇ ਕੀ ਗਤੀਵਿਧੀਆਂ ਚੱਲਦੀਆਂ ਨੇ, ਪ੍ਰਸ਼ਾਸਨ ਕਿੰਨਾ ਕੁ ਸਾਥ ਦਿੰਦਾ, ਇਹ ਸਾਰੀਆਂ ਗੱਲਾਂ ਅਸੀਂ ਕਰਦੇ ਹਾਂ। ਫਤਿਹ ਸਿੰਘ ਜੀ, ਜੇ ਮੇਰੀ ਆਵਾਜ਼ ਸੁਣ ਪਾ ਰਹੇ ਹੋ, ਤੁਹਾਡੇ ਤੋਂ ਹੀ ਜਾਣਨਾ ਚਾਹੁੰਦਾ, ਤੁਹਾਡਾ ਇੱਕ ਜ਼ਿਲ੍ਹਾ ਸ਼ਿਕਵਾ ਪ੍ਰਸ਼ਾਸਨ ਤੋਂ ਰਿਹਾ ਸੀ ਸਥਾਨਕ ਪ੍ਰਸ਼ਾਸਨ ਤੋਂ ਕਿ ਪਾਣੀ ਦੀਆਂ ਚੈੱਕ ਕਰਨ ਦੀਆਂ ਰਿਪੋਰਟਾਂ ਮਿੱਟੀ ਦੀਆਂ ਜਾਂਦੀਆਂ ਰਹੀਆਂ, ਡੀਸੀ ਤੱਕ ਵੀ ਉਸ ਦੀਆਂ ਕਾਪੀਆਂ ਗਈਆਂ, ਪਰ ਗੱਲ ਸੁਣੀ ਨਹੀਂ ਉਹਨਾਂ ਨੇ। ਹੁਣ ਕੀ ਕਹਿਣਾ ਚਾਹੋਗੇ, ਤਬਾਦਲਾ ਹੋ ਗਿਆ? ਸਰ ਦੇਖੋ ਜੀ, ਇਹ ਸਰਕਾਰ ਪਤਾ ਨਹੀਂ ਹੁਣ ਕਿਹੜੇ ਕੀ ਕਹਿੰਦੇ ਆ ਕਿਹੜੇ ਪਾਸੇ ਚੱਲ ਪਈ ਹੈ ਜੀ। ਠੀਕ ਹੈ ਵੀ ਹੁਣ ਆਈ ਡੀਸੀ ਮੈਡਮ ਦੀ ਬਦਲੀ ਕਰਤੀ ਜੀ, ਠੀਕ ਹੈ, ਇਹ ਕੋਈ ਗੱਲ ਨਹੀਂ ਹੁੰਦੀ ਜੀ। ਜਿਹੜਾ ਮੁੱਦਾ ਤਾਂ ਮਾਲਬਰੋਸ ਫੈਕਟਰੀ ਨੂੰ ਬੰਦ ਕਰਨ ਦਾ, ਡੀਸੀ ਮੈਡਮ ਦੀ ਬਦਲੀ ਕਰਕੇ ਕੋਈ ਹੱਲ ਨਹੀਂ ਹੋਣਾ ਗਾ। ਜੇ ਤੁਸੀਂ ਬੰਦ ਕਰਨਾ ਇੰਡਸਟਰੀ ਦੀਆਂ ਐਨਓਸੀਆਂ ਕੈਂਸਲ ਕਰੋ, ਤੁਸੀਂ ਇਹ ਵੇਖੋ। ਮੈਂ ਤੁਹਾਨੂੰ ਅੱਜ ਦੀ ਜੀ ਤੁਹਾਡੀ ਮੈਂ ਜਾਣਕਾਰੀ ਜੀ ਵਾਧਾ ਕਰਾਂ, ਅੱਜ ਇੱਕ ਹੋਰ ਮੌਤ ਹੋਈ ਹੈ ਰਟੌਰੀ ਵਿੱਚ ਜੀ। ਅੱਜ ਇੱਕ ਮੌਤ ਹੋਰ ਹੋਈ ਹੈ ਰਟੌਰੀ ਦੇ ਵਿੱਚ, ਉਹਦੀ ਮੌਤ ਦਾ ਕਾਰਨ ਵੀ ਹੈ ਕੈਂਸਰ ਹੀ ਸੀਗਾ ਜੀ। ਜਿਹੜਾ ਪਾਣੀ ਪਲਿਊਟ ਕੀਤਾ ਸਾਡਾ, ਅੰਡਰਗਰਾਊਂਡ ਵਾਟਰ ਟੋਟਲੀ ਪਲਿਊਟ ਕਰਕੇ ਰੱਖਤਾ ਜੀ ਮਾਲਬਰੋਸ ਇੰਡਸਟਰੀ ਨੇ, ਤੇ ਜਿਹੜਾ ਕੈਂਸਰ ਆ ਨੋਰਮਲ ਹੋਇਆ ਪਿਆ ਜੀ ਸਾਡੇ ਤਾਂ ਪਿੰਡ ਵਿੱਚ। ਸਮੱਸਿਆ ਉੱਥੋਂ ਦੀ ਕੀ ਹੈ ਇਹ ਸਭ ਜਾਣਦੇ ਨੇ ਮੇਰੇ ਖਿਆਲ ਦੇ ਨਾਲ, ਕਿ ਮੋਰਚੇ ਦੀ ਜਿਹੜੀ ਲੀਡਰਸ਼ਿਪ ਦੀ ਕਦੇ ਮੰਗ ਰਹੀ ਹੈ ਕਿ ਸਥਾਨਕ ਪ੍ਰਸ਼ਾਸਨ ਕੰਮ ਸਹੀ ਨਹੀਂ ਕਰ ਰਿਹਾ ਤੇ ਬਦਲੀਆਂ ਕਰ ਦਿਓ? ਦੇਖੋ ਅਸੀਂ ਤਾਂ ਕਦੇ ਨਹੀਂ ਕਿਹਾ ਜੀ ਬਦਲੀਆਂ ਕਰ ਦਿਓ, ਅਸੀਂ ਕਦੇ ਵੀ ਨਹੀਂ ਕਿਹਾ ਆਹ ਅਫਸਰ ਨੂੰ ਬਦਲੀਆਂ ਕਰ ਦਿਓ, ਯੋ ਕਰ ਦਿਓ। ਅਸੀਂ ਤਾਂ ਇਹ ਗੱਲ ਕਹਿੰਦੇ ਰਹੇ ਹਾਂ ਵੀ ਐਡਮਿਨਿਸਟ੍ਰੇਸ਼ਨ ਵੀ ਸਾਡੇ ਨਾਲ ਧੱਕਾ ਕਰ ਰਿਹਾ, ਪਰ ਬਦਲੀ ਦਾ ਅਸੀਂ ਕਦੇ ਸਵਾਲ ਹੀ ਨਹੀਂ ਪੈਦਾ ਹੁੰਦਾ, ਨਾ ਅਸੀਂ ਕਿਹਾ ਜੀ। ਅਸੀਂ ਤਾਂ ਹੁਣ ਜਾ ਕੇ ਐਡਮਿਨਿਸਟ੍ਰੇਸ਼ਨ 'ਚ ਵਧੀਆ ਕੰਮ ਕਰਨ ਲੱਗਾ ਸੀਗਾ। ਕੀ ਇਸ ਬਦਲੀ ਨਾਲ ਹੋ ਸਕਦਾ ਹੈ ਫਰਕ ਪੈ ਜਾਵੇ, ਰਜੇਸ਼ ਧਮਾਣ ਆਉਣਗੇ, ਕੀ ਉਹ ਮਸਲਾ ਹੱਲ ਕਰਵਾ ਲੈਣਗੇ, ਤੁਹਾਨੂੰ ਉਮੀਦ ਹੈ? ਨਹੀਂ ਨਹੀਂ, ਅਸੀਂ ਨਹੀਂ ਕੀ ਕਹਿੰਦੇ ਆ ਇਸ ਗੱਲ ਬਾਰੇ ਕੁਛ ਜ਼ਿਆਦਾ ਨਹੀਂ ਕਹਿ ਸਕਦੇ ਗੇ, ਪਰ ਇਹ ਸਾਨੂੰ ਤਾਂ ਸਰਕਾਰ ਦੀ ਕੋਈ ਚਾਲ ਲੱਗਦੀ ਆ। ਠੀਕ ਹੈ ਵੀ ਜਦੋਂ ਡੀਸੀ ਮੈਡਮ ਸੀਗੇ ਆਪਦੀ ਜਗ੍ਹਾ ਵਧੀਆ ਕੰਮ ਕਰ ਰਹੇ ਸੀਗੇ, ਤੇ ਫਿਰ ਇਹਨਾਂ ਨੂੰ ਬਦਲਣ ਦੀ ਕੀ ਲੋੜ ਸੀਗੀ? ਨਾਲੇ ਡੀਸੀ ਮੈਡਮ ਦਾ ਤਾਂ ਸਾਡੇ ਮੋਰਚੇ ਦਾ ਕੋਈ ਬੜਾ ਜ਼ਿਆਦਾ ਰਿਹਾ ਵੀ ਨਹੀਂ ਗੱਲ ਗਾ। ਪਰ ਉਦੋਂ ਲਿੰਕ ਜੁੜਿਆ ਸੀ ਜਦੋਂ ਤੁਸੀਂ ਪਾਣੀ ਦੀਆਂ ਰਿਪੋਰਟਾਂ ਸੈਂਪਲਾਂ ਦੀ ਗੱਲ ਕੀਤੀ ਸੀ, ਇੱਕ ਵਿਧਾਇਕ ਨੂੰ ਰਿਪੋਰਟ ਗਈ, ਉਹੀ ਕਾਪੀ ਡੀਸੀ ਸਾਹਿਬ ਨੂੰ ਵੀ ਗਈ ਸੀ, ਤੁਸੀਂ ਕਿਹਾ ਸੀ ਕਿ ਸਾਰੀਆਂ ਕਾਪੀਆਂ ਜਾਣ ਦੇ ਬਾਵਜੂਦ ਪ੍ਰਸ਼ਾਸਨ ਉਸ ਤਰੀਕੇ ਨਾਲ ਨਹੀਂ ਦੇਖਦਾ ਇਸ ਮੋਰਚੇ ਨੂੰ ਜਿਵੇਂ ਵੇਖਣਾ ਚਾਹੀਦਾ। ਬਿਲਕੁਲ ਬਿਲਕੁਲ ਸਰ, ਅਸੀਂ ਕਿਹਾ ਸੀਗਾ, ਪਰ ਸਾਨੂੰ ਪ੍ਰਸ਼ਾਸਨ ਨੇ ਇਹ ਗੱਲ ਦੱਸਤੀ ਸੀਗੀ ਬਾਅਦ ਦੇ ਵਿੱਚ ਵੀ ਸਾਡੇ ਹੱਥ ਵੱਸ ਕੁਛ ਨਹੀਂ ਹੈਗਾ ਗਾ ਜੀ, ਮਾਮਲਾ ਕੋਰਟ ਦੇ ਵਿੱਚ ਜਾ ਚੁੱਕਾ, ਇਹ ਮਾਮਲਾ ਟੋਟਲੀ ਸਰਕਾਰ ਦੇ ਕੋਲ ਆ, ਇਹਦਾ ਚੀਫ ਮਿਨਿਸਟਰ ਦੇ ਕੋਲ ਹੈਗਾ ਸਾਰਾ, ਜਾਂ ਹਾਈ ਕੋਰਟ ਦੇ ਕੋਲ ਆ ਜੀ। ਉਹ ਕਹਿੰਦੇ ਵੀ ਜਿਹੜੇ ਸਾਨੂੰ ਆਰਡਰ ਕਰਦਾ ਚੀਫ, ਆਰਡਰ ਹੁੰਦੇ ਆ ਸਾਨੂੰ ਐਡਮਿਨਿਸਟ੍ਰੇਸ਼ਨ ਨੂੰ, ਉਹ ਵਾਈਸ ਚੀਫ ਮਿਨਿਸਟਰ ਹੁੰਦੇ ਆ, ਜਾਂ ਫਿਰ ਸਾਨੂੰ ਕੋਰਟ ਦੇ ਆਰਡਰ ਫਾਲੋ ਕਰਨੇ ਪੈਂਦੇ ਆ। ਜਦੋਂ ਦਾ ਮੋਰਚਾ ਲੱਗਿਆ ਉਸ ਤੋਂ ਬਾਅਦ ਕਈ ਤਸਵੀਰਾਂ ਅਜਿਹੀਆਂ ਵਾਇਰਲ ਵੀ ਹੋਈਆਂ ਸਨ ਕਿ ਕਈ ਮੰਤਰੀ ਵੀ ਉੱਥੇ ਜਦੋਂ ਬਾਅਦ 'ਚ ਰੋਸ ਵਧਿਆ ਤੇ ਪਹੁੰਚੇ ਬੋਲਣ ਸਟੇਜ ਤੇ, ਕੀ ਕੁਝ ਹੋਇਆ ਸਭ ਜਾਣਦੇ ਨੇ। ਕੀ ਜਦੋਂ ਤੋਂ ਲਾਸਟ ਇੱਕ ਜਿਹੜਾ ਲਾਠੀਚਾਰਜ ਦੀ ਤਸਵੀਰ ਵੀ ਸਾਹਮਣੇ ਆਈ ਸੀ, ਉਸ ਤੋਂ ਬਾਅਦ ਸਰਕਾਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨ ਦੇ ਸਥਾਨਕ ਪ੍ਰਸ਼ਾਸਨ, ਕੋਈ ਲਾਸਟ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਹੈ ਮੋਰਚੇ ਨੂੰ ਲੈ ਕੇ? ਦੇਖੋ ਲਾਸਟ ਮੀਟਿੰਗ ਦੇ ਵਿੱਚ ਤਾਂ ਇਹੀ ਗੱਲਬਾਤ ਹੋਈ ਸੀਗੀ ਵੀ ਹੁਣ ਜਿਹੜੀ ਹਾਈ ਕੋਰਟ ਨੇ ਤਰੀਕ ਦੇਤੀ ਆ ਉਹ ਫਰਵਰੀ ਮਹੀਨੇ ਦੀ ਜੀ, ਤੇ ਪ੍ਰਸ਼ਾਸਨ ਪਿੱਛੇ ਹੋ ਗਿਆ ਕਿਉਂਕਿ ਪ੍ਰਸ਼ਾਸਨ ਨੇ ਇਹ ਗੱਲ ਮੰਨ ਲਈ ਆ ਵੀ ਜਿਹੜਾ ਸਾਡਾ ਰੋਲ ਆ ਹੁਣ ਇੱਥੇ ਨਹੀਂ ਰਹਿ ਗਿਆ ਗਾ, ਹੁਣ ਹਾਈ ਕੋਰਟ ਦਾ ਇੱਥੇ ਰੋਲ ਜ਼ਿਆਦਾ ਹੈ ਜੀ ਜੀ, ਤੇ ਉਹਦੇ ਕਰਕੇ ਪ੍ਰਸ਼ਾਸਨ ਮਤਲਬ ਪ੍ਰਸ਼ਾਸਨ ਥੋੜਾ ਜਿਹਾ ਪਿੱਛੇ ਹੋ ਗਿਆ ਸੀ, ਤੇ ਪ੍ਰਸ਼ਾਸਨ ਨੂੰ ਇਸ ਗੱਲ ਦਾ ਵੀ ਥੋੜਾ ਜਿਹਾ ਲੱਗਾ ਸੀਗਾ ਵੀ ਜਿਹੜਾ ਇਹਨਾਂ ਦੇ ਐਫ ਆਰ ਆਈਆਂ ਕੀਤੀਆਂ ਮੇਰੇ ਤੇ ਉਹਦੇ ਵਿੱਚ 16-17 ਪਰਚੇ ਆ ਜੀ, ਮੇਰੇ ਖੁਦ ਤੇ ਆਪਦੇ ਬਾਈ ਨੇਮ ਪਰਚੇ ਆ ਮੇਰੇ ਤੇ। ਕੀ ਇਸ ਮੋਰਚੇ ਨੂੰ ਲੱਗਣ ਤੋਂ ਬਾਅਦ ਪਰਚੇ ਹੋਏ ਤੁਹਾਡੇ ਤੇ 16-17? ਹਾਂਜੀ, ਮੈਂ ਜੇਲ੍ਹ ਜਾ ਕੇ ਆਇਆ ਸਰ।
जी मैं नहीं, जिहड़े आप परचे दी तारीख है, परचे दर्ज कीते गए तुहाडे खिलाफ, जिहड़ा गिणती दी गल कर रहे हो, मोर्चा लाउण तों बाद ही सारे दर्ज होए है बिल्कुल मैं 18 तरीक नूं सर रेस्ट होया जी, 18 दिसंबर नूं, जी 25 तरीक नूं मैं वापस आया जी घर। ठीक जी है, यानी कि कहण दा भाव ये आ, उह तां जदों की कहिंदे आ इत्थे मोर्चा लगा जी, मोर्चे लगण तों बाद ही परचे होए आ साडे ते, क्योंकि मोर्चा सर तकरीबन अज मोर्चे नूं 6 महीनिआं दे तकरीबन टाइम हो गया जी लगे जी नूं। जी ठीक है, ते मोर्चा हुण सरकार दी गल दी हड्डी बणिआ खड़ा, जी ते सारिआं दी मंग इक्को आ जी वी फैक्टरी बंद, एनओसी कैंसल ते फैक्टरी बंद, ते जी तुसीं साडे नाल जुड़ सरकार के तों कोई गलबात स्टेप नहीं सांझी हो रहा। कीती है जी, बहुत शुक्रिया। थैंक यू सर, थैंक यू सो मच। इस साडे नाल फतेह सिंह, जिन्हां ने अपना तजर्बा भी सांझा कीता और दस्सिया कि उत्थों दे हुण दे ताज़ा हालात की ने, और जित्थों तक रही डीसी दे तबादले दी, कि हुण अमृता सिंह तों बाद राजेश धीमान जिहड़े कि पीसीएस तो आईएएस बने, उन्हां नूं हुण ड्यूटी लगा दित्ती गई है बतौर डिप्टी कमिश्नर फिरोजपुर। देखते हैं कि इस मसले को लैके हुण उन्हां दा बहुता रोल उत्थे रहिंदा है कि नहीं रहिंदा, पर एक चर्चा जरूर छिड़ी है कि जिहड़े डीसी दा तबादला कीता गया, हालांकि एक तबादला नहीं होया, होर भी कई तबादले होए ने, पर उन्हां नूं बतौर डीसी नहीं लगाया गया, डायरैक्टर दे तौर दे उत्ते टूरिज्म डिपार्टमेंट दे विच भेज दिता गया, जिहड़े पहलां इत्थे डीसी दे तौर ते काम करदे सी। पर मोर्चे दे आगूआं ने भी दस्सिया कि साडा लोकल प्रशासन दे नाल इह तां कदे मंग ही नहीं रही कि बदली कीती जावे। की हुण सवाल यह है कि सरकार ने उस नूं मद्देनज़र रखदिआं बदली कीती है अमृता सिंह डिप्टी कमिश्नर दी, जां फिर कारण कुछ होर रहे सन, पर एक चर्चा इस गल दे नाल जरूर छिड़ गई है। फिलहाल इस खबर विच इन्ना ही, मैनूं दुआ गया, धन्नवाद।